भरा पंजाब नूं बर्बाद ना करे। बेशक जिहड़ा तुसीं कल राष्ट्रपति राज लाउण दी सोच रहे हो अज ही ला दो, पर पंजाब खत्म नहीं होना चाहिए। साडियां कुर्सियां सानूं चीफ मिनिस्टर जां डिप्टी सीएम ये पंजाब दे लई कुछ भी नहीं। पंजाब दीआं कुर्बानियां पंजाब दी हिंदुस्तान नूं देण, पंजाब दा अन्नदाता बनाउणा, हिंदुस्तान पंजाब दा अन्नदाता बनना, जे ये जिहड़ियां चीज़ां ने इन्हां चीज़ां दे अगे कदे ये ना कर दिओ कि पंजाबियों नूं बदनाम ना करो। ये ना जो कल तुसीं कार्रवाई की है तुहाडी सरकार वल्लों SSP दा फेलियर, SSP नूं सस्पेंड कर दा गया, कोई अजे नहीं हुई क्योंकि इनकुआरी तो बिना किसी ने भी नहीं किया जा सकता। ये जरूर है कि FIR जी की 150 बंदे तो जे उत्थे हैगे सी, पर नाल ही तुसीं ये भी देखो कि BJP दे भी तो उत्थे जिंदाबाद कर रहे हैं। दर्शन कर लीदे आ, जिंदगी लंघी जांदी आ। अंकल जी मैं बड़े सालां तों वेखण डिया कि तुसीं सारिआं नाल बड़े प्यार नाल बोलदे। पुत्तर जी एक प्यार ही तां है, होर किसे ने की लैके जाणा इस दुनिया तों। अंकल जी तुहाडे बच्चे हैगे? हां पुत्तर जी, सुख नाल मेरे दो मुंडे आ तुहाडे वांगू। अच्छा, की काम करदे हो? कुछ नहीं पुत्तर, अजे ते बस वेले ही आ। उहनां नूं किसे नौकरी लवा लो। दस पढ़िआं नूं किथे नौकरी मिलदी। ओ नहीं नहीं अंकल जी, अपने वांगू कारपोरेशन च लवा लो उहनां नूं। नहीं नहीं पुत्तर, कारपोरेशन वाले किथे रख दई। हुण मैनूं वी वेला, अज तों 20 साल पहला मैं कच्चिआं च लग्गा। ओ नहीं नहीं अंकल जी, फिर तुहानूं पता नहीं जे साडे पंजाब दे मुख मंत्री सरदार चरणजीत सिंह चन्नी जी ने ऐलान कीता है कि जिन्ने भी दर्जा चार कर्मचारी आ ना, सारिआं दीआं भर्तीआं सिद्धीआं ते रेगुलर कीतीआं जाणीआं है। ਪਹਿਲਾਂ ਦੇ ਕੱਚੇ 'ਚ ਰੱਖ ਦਿੰਦੇ, ਪਰ ਹੁਣ ਮੁੱਖ ਮੰਤਰੀ ਸਾਹਿਬ ਜੀ ਨੇ ਐਲਾਨ ਕਰ ਦਿੱਤਾ ਜੇ। ਅੱਛਾ, ਵਾਹ, ਐਵੇਂ ਨਹੀਂ ਲੋਕੀ ਕਹਿੰਦੇ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਚਰਨਜੀਤ ਸਿੰਘ ਜੀ ਚੰਨੀ ਲੋਕਾਂ ਦੇ ਆਪਣੇ ਮੁੱਖ ਮੰਤਰੀ ਨੇ। ਤੇ ਜਦੋਂ IAS ਰੈਗੂਲਰ ਭਰਤੀ ਹੁੰਦਾ ਹੈ ਤਾਂ D ਕਲਾਸ ਦੇ ਡਰਾਈਵਰ PN AQ ਰੈਗੂਲਰ ਭਰਤੀ ਨਹੀਂ ਹੁੰਦੇ, ਤੇ ਮੈਂ ਮੁੱਖ ਮੰਤਰੀ ਬਣ ਕੇ ਸਭ ਤੋਂ ਪਹਿਲਾਂ ਇਹੀ ਕੰਮ ਕੀਤਾ, ਰੈਗੂਲਰ ਕਰਨੇ ਆ D ਕਲਾਸ ਦੇ ਇੰਪਲਾਈ ਵੀ। ये सारिया चीज़ा वेखनिया पैनगियाँ, ये मैं इस नहीं करके नहीं कह रहा क्योंकि इनकुआरी जी बार सुप्रीम कोर्ट ने कहा कि सारा रिकॉर्ड जोड़ा लै लो, वो उन्होंने निर्देशों मुताबिक सुप्रीम कोर्ट के निर्देशों में ही चलेगा। कई तरह दी वीडियो सामने आई हैं, एक पासे किसानों का बैठा होना 20-25 उत्थे किसान, वो किसान सी जां कोई होर आंसर सी जां वाकई ही उत्थे BJP के वर्करां दी भी वीडियो सामने आई हैं, ये सारी की सच्चाई आ? ਕਿਤੇ ਵੀ ਜਾ ਕੇ ਜੇ ਵੇਖੇ ਕਿ ਪ੍ਰਾਈਮ ਮਿਨਿਸਟਰ ਸਾਹਿਬ ਦੀ ਗੱਡੀ ਦੇ ਕੋਲ ਤਾਂ ਕੋਈ ਵੀ ਕਿਸਾਨ ਨਹੀਂ ਪਹੁੰਚਿਆ, ਅਤੇ BJP ਵਾਲੇ ਜੋ ਵੀਡੀਓ ਦੇਖ ਰਹੇ ਹਾਂ, ਅਤੇ ਇਹ ਤਾਂ ਮੇਰਾ ਨਹੀਂ ਖਿਆਲ ਕਿ ਕਿਸਾਨ ਇਸ ਚੀਜ਼ 'ਚ ਬੈਠੇ। ਕਿਸਾਨ ਜਦ 1 ਸਾਲ ਬੈਠੇ ਰਹੇ ਅਤੇ ਉਹਨਾਂ ਨੇ ਤਾਂ ਕਦੀ ਵੀ ਪ੍ਰਧਾਨ ਮੰਤਰੀ ਦੇ ਘਰ ਵੱਲ ਨੂੰ ਉੱਥੇ ਜਾਣ ਦੀ ਕੋਸ਼ਿਸ਼ ਨਹੀਂ ਕੀਤੀ, ਅਤੇ ਉਹਨਾਂ ਦੇ ਕਦੀ ਵੀ ਨਹੀਂ ਇਹ ਕਿਹਾ ਸੀ ਕਿ ਅਸੀਂ ਪ੍ਰਧਾਨ ਮੰਤਰੀ ਦਾ ਘਰਾਓ ਕਰਾਂਗੇ। ਦੂਸਰੀ ਜਿਹੜੀ ਚੀਜ਼ ਆ ਕਿ ਪ੍ਰਧਾਨ ਮੰਤਰੀ ਸਾਹਿਬ ਤਾਂ ਇਹ ਕਹਿੰਦੇ ਕਿ ਮੈਂ ਬਚ ਕਰ ਜਾ ਰਹਾਂ, ਅਤੇ ਜਿਹੜੇ 700 ਆਏ ਨੇ ਉਹਨਾਂ 'ਤੇ ਕਿਸੇ ਨੇ ਵੀ ਨਹੀਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਕਹਿ ਦਿਓ ਕਿ ਅਸੀਂ ਜਿੰਦਾ ਵਾਪਸ ਨਹੀਂ ਪੰਜਾਬ ਜਾ ਰਹੇ। ਸਾਰਾ ਜੋ ਵੀ ਘਟਨਾਕ੍ਰਮ ਵਾਪਰਿਆ, BJP ਦੀ ਲੀਡਰਸ਼ਿਪ ਲਗਾਤਾਰ, ਕੱਲ੍ਹ ਪ੍ਰੈਸ ਕਾਨਫਰੰਸਾਂ ਹੁੰਦੀਆਂ ਰਹੀਆਂ, ਹੋਰ ਹੁੰਦੀਆਂ ਕਿ ਜੀ ਇਹ ਕਾਂਗਰਸ ਨੇ ਕਰਾਇਆ, ਇਹ ਮਿਥ ਕੇ ਜਾਣ ਕੇ ਰਾਹੁਲ ਗਾਂਧੀ ਦੇ ਇਸ਼ਾਰੇ 'ਤੇ ਹੋਇਆ, ਇਹ ਸੁਨੀਲ ਜਾਖੜ ਦੀ ਵੀ ਸਟੇਟਮੈਂਟ ਆਉਂਦੀ ਹੈ, ਇੱਥੇ ਕਈ ਕੰਟਰਾਡਿਕਟ ਸਟੇਟਮੈਂਟ ਵੀ ਆਈਆਂ, ਨਾਲ ਤੁਹਾਡੇ ਸਵਾਲ ਇਹ ਵੀ ਆ ਸੁਨੀਲ ਜਾਖੜ ਕੁਛ ਹੋਰ ਸਟੈਂਡ ਲੈ ਰਹੇ ਨੇ, ਤੁਹਾਡੀ ਕਾਂਗਰਸ ਪਾਰਟੀ ਦਾ ਲੀਡਰ ਹੋਰ ਸਟੈਂਡ ਲਵੇ ਅਤੇ ਤੁਸੀਂ ਐਜ਼ ਏ ਹੋਮ ਕਾਂਗਰਸ ਪਾਰਟੀ ਦੇ ਵਿੱਚ ਰੰਧਾਵਾ ਸਾਹਿਬ ਚੱਲ ਕੀ ਰਿਹਾ? ਮੈਂ ਤਾਂ ਇੱਕ ਚੀਜ਼ ਕਹਿਣੀ ਚਾਹੁੰਦਾ ਕਿ ਇਹਦਾ ਜਵਾਬ ਤਾਂ ਚੀਫ ਮਿਨਿਸਟਰ ਸਾਹਿਬ ਦੇ ਸਕਦੇ ਆ, ਜਾਂ ਜਿਹੜੇ ਸਾਡੇ ਹਰੀਸ਼ ਰਾਵਤ ਚੌਧਰੀ ਬੈਠੇ ਨੇ ਇੱਥੇ, ਉਹਦੇ ਬਾਰੇ ਦੇ ਸਕਦੇ, ਕਿਉਂਕਿ ਮੇਰੇ ਤੋਂ ਵੱਡੇ ਲੀਡਰ, ਮੈਂ ਮਰਿਆਦਾ 'ਚ ਰਹਿੰਦਾ, ਇਹਨਾਂ ਬਾਰੇ ਮੈਂ ਕੋਈ ਕਮੈਂਟ ਨਹੀਂ ਕਰਨਾ। ਰੰਧਾਵਾ ਸਾਹਿਬ, ਅੱਜ ਕਾਂਗਰਸ ਦੀ ਰੈਲੀ ਸੀ, ਉੱਥੇ ਹਰੀਸ਼ ਰਾਵਤ ਹੋਰੇ ਜਦੋਂ ਸਟੇਜ 'ਤੇ ਸੀਗੇ, ਉੱਥੇ ਕੋਈ ਅਨਸਰ ਕਹਿੰਦੇ ਵੀ ਚਾਕੂ ਲੈ ਕੇ ਸਟੇਜ 'ਤੇ ਚੜ੍ਹ ਗਏ, ਇਹਨੂੰ ਘਟਨਾ ਨੂੰ ਕਿਵੇਂ ਦੇਖਦੇ? ਇਹ ਤਾਂ ਮੋਦੀ ਸਾਹਿਬ ਵੀ ਦੱਸ ਸਕਦੇ ਕਿ ਉੱਥੇ ਜੈ ਸ਼੍ਰੀ ਰਾਮ ਦੇ ਨਾਅਰੇ ਵੀ ਲੱਗੇ ਨੇ, ਕਿ BJP ਨੇ ਭੇਜਿਆ ਕਿ ਨਹੀਂ ਭੇਜਿਆ ਜਾਂ ਕਿਹਦੀ ਕੌਨਸਪਰੇਸੀ ਆ, ਇਹ BJP ਇਹਦਾ ਜਵਾਬ ਦੇ ਸਕਦਾ। ਦੂਜੇ ਪਾਸੇ ਰੰਧਾਵਾ ਸਾਹਿਬ, ਹੋਰ ਰਾਜਾਂ ਦੇ ਵਿੱਚ ਵੀ ਚੋਣਾਂ ਨੇ, ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲਾਉਣ ਦੀ ਕੱਲ੍ਹ ਦੀ ਗੱਲ ਚੱਲ ਰਹੀ ਹੈ, ਲਗਾਤਾਰ ਇਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਨੇ, ਪ੍ਰਧਾਨ ਮੰਤਰੀ ਰਾਸ਼ਟਰਪਤੀ ਨੂੰ ਵੀ ਮਿਲ ਕੇ ਆਏ ਨੇ, ਇਹਦੇ ਇਸ ਸੰਬੰਧ ਦੇ ਵਿੱਚ ਕੀ ਦੇਖਦੇ? ਜਿਸ ਦੇਸ਼ ਦਾ ਰਾਸ਼ਟਰਪਤੀ ਪ੍ਰਾਈਮ ਮਿਨਿਸਟਰ ਯਾਰ ਇੰਨਾ ਡਰ ਜੇ ਕਿ ਉਹਦੇ ਲਾਗੇ ਵੀ ਕੋਈ ਨਾ ਗਿਆ ਹੋਏ, ਅਤੇ ਉਹ ਦੌੜ ਜੇ ਹਾਏ ਮੈਨੂੰ ਮੈਂ ਬਚ ਕੇ ਆ ਗਿਆ, ਮੈਂ ਜਿੰਦਾ ਆ ਗਿਆ, ਤਾਂ ਦੇਸ਼ ਕਿੱਦਾਂ ਚੱਲੇਗਾ? ਸਾਨੂੰ ਤਾਂ ਬੋਲਡ ਹੋਣਾ ਚਾਹੀਦਾ, ਕਹੋ ਮੇਰੇ ਪੰਜਾਬ ਵਾਸੀਓ
मैं आपका हूँ, आपका रहूँगा, आपके साथ हूँ, आपने जो कहा वो मैंने मान लिया, अब मैं ये बातें कर आपके लिए कर जा रहा हूँ। ये चीज़ा होनी चाहिए सी। प्रधानमंत्री का बहुत हिरदा विशाल होना चाहिए। प्रधानमंत्री ने कली बीजेपी दी ने पूरे साढ़े हिंदुस्तान के प्रधानमंत्री ने, तो जिहड़ा बंदा जिहड़ा करदा हैड आ, असीं कई गलतियां कर जांदे आ, तो जिहड़ा हैड आ उन्हें कभी अपने परिवार को बाहर नहीं कढ़िया, उन्हें फिर कोशिश की होंगी कि नहीं तुसीं मेरे हो मैं तुहाडा, आपां सारे बैठ के अपने परिवार को अगे लैके चलो। ये मोदी साहब न ये करना चाहिए सी, ये जी ड्रामेबाजी आ बीजेपी की ये नहीं होनी चाहिए। नवा साहब उत्थे जिहड़ा घटनाक्रम वापरिया उत्थे वो कहिंदे आ जी जिहड़ा ये सानी सैनीवाला तो उत्थे फ्लाईओवर ते रस्ते दे विच कुछ बंदे बैठे सी उहदियां किते ना किते तुसीं इह मानते हो पंजाब पुलिस की इंटैलीजेंसी मतलब किते फेलियर किते तां हो सकदा जिहड़ी पंजाब पुलिस की जिहड़ी आई पी ए किथे गई सी, एन एस सी किथे गई सी, राग किथे चली गई। प्राइम मिनिस्टर जिहड़ा वो कली पंजाब पुलिस की इंटैलीजेंस ते नहीं चलता, और सारा कुछ हिंदुस्तान का सारा साजो समान उत्थे पहुंचा हुंदा, ते 130 किलोमीटर का जिस पंजाब दे विच ये पता होए कि घर घर दे विच मोदी विरोधी नारे लगते हैं, बीजेपी के विरोध च नारे लगते हैं, तो उन्होंने 130 किलोमीटर का रूट लैके जाना, ये तो उन्होंने इन्वेस्टिगेशन होनी चाहिए है कि उन्होंने फेलियर है। नवा साहब यूपी दे विच चोणां ने किते चोणां नूं लैके तां नहीं ये इस तरह की रणनीति हो रही कि पंजाब नूं टारगेट किया जा रहा हो? मैं जो पुलवामा का जोड़ा होया सी उदों भी तो पॉलिटिक्स ही चली, अज पुलवामा का नाम क्यों नहीं लै रहे? इस करके मैं थोड़े दोबारा उन्होंने बेनती कर रहा कि भरा यूपी जित लो, भावें पूरा हिंदुस्तान जित लो, पर कृपा करके पंजाब नूं बर्बाद ना करो।